ਬਜ਼ੁਰਗ ਨੇ ਆਪਣੇ ਦੋ ਤਿੰਨ ਪੋਤਰਿਆਂ ਨਾਲ ਖੇਡਣ ਦੇ ਨੇ ਤੁਸੀਂ ਹੈਰਾਨ ਰਹੋਗੇ ਕਿ ਇਸ ਗੁਰਦੁਆਰੇ ਦੇ ਅੰਦਰ ਅੱਜ ਕਿਹੋ ਜਿਹਾ ਮਾਹੌਲ ਹੈ ਠੀਕ ਹੈ ਜੀ ਜਗਾ ਜਗਾ ਗੰਦਗੀ ਦੇ ਢੇਰ ਲੱਗੇ ਨੇ ਔਰ ਮੇਰੇ ਪਿੱਛੇ ਕੋ ਖੋਤੀ ਵੀ ਇੱਥੇ ਖਲੋਤੀ ਹੈ ਇਹ ਮਸਬੀ ਇਬਾਦਤਗਾਹ ਜਿਹੜੀ ਹੈਗੀ ਇਹ ਸਿੱਖ ਭਰਾਵਾਂ ਦੀ ਨੋ ਡਾਊਟ ਕਿ ਇੱਥੇ ਉਹਨਾਂ ਕੋਈ ਸਿੱਖ ਨਹੀਂ ਹੈਗਾ ਲੇਕਿਨ ਉਸ ਦੇ ਬਾਵਜੂਦ ਇਹਨੂੰ ਇੱਕ ਸਖਾਫ ਤੇ ਵਿਰਸੇ ਦੇ ਤੌਰ ਤੇ ਜਿਹਨਾਂ ਨੇ ਉਹ ਬਹਾਲ ਕਰਕੇ ਰੱਖਿਆ ਜਾਣਾ ਚਾਹੀਦਾ ਹੈ ਅੱਛਾ ਦੋਸਤੋ ਮੈਂ ਔਰੰਗਜ਼ੇਬ ਇੱਕ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਅੱਜ ਤੁਹਾਨੂੰ ਮੈਂ ਇੱਕ ਗੁਰਦੁਆਰਾ ਸਾਹਿਬ ਦਿਖਾ ਰਿਹਾ ਜਿਹੜਾ ਕਿ 1947 ਦੀ ਪਾਰਟੀਸ਼ਨ ਤੋਂ ਬਾਅਦ ਬਿਲਕੁਲ ਬੰਦ ਪਿਆ ਬਲਕੇ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਇਹ ਗੁਰਦੁਆਰਾ ਕਿੱਥੇ ਹੈਗਾ ਇਹ ਔਰ ਇਹਦੀ ਹਾਲਤ ਇਹ ਅੱਜ ਦੇ ਹਾਲਾਤ ਦੇ ਵਿੱਚ ਔਰ ਇਹ ਹਾਲਤ ਕਿਸ ਤਰ੍ਹਾਂ ਹੋਈ ਇਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ 'ਚ ਦਿਖਾ ਲਨੇ ਆ ਵੀਡੀਓ ਦੇ ਨਾਲ ਜੁੜੇ ਰਹੋ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਚਲੋ ਇਹ ਗੁਰਦੁਆਰਾ ਸਾਹਿਬ ਤੁਹਾਨੂੰ ਵਹਾਲਨੇ ਆ ਤਤਲੇ ਆਲੀ ਐ ਜਨਾਬ ਸਾਹਮਣੇ ਤੁਹਾਨੂੰ ਬਿਲਡਿੰਗ ਜਿਹੜੀ ਨਜ਼ਰ ਆ ਰਹੀ ਏ ਇਹ ਹੈਗੀ ਹੈ ਗੁਰਦੁਆਰਾ ਸਾਹਿਬ ਭਾਈ ਲਾਲੂ ਜਿਹੜਾ ਕਿ ਵਾਕਿਆ ਏ ਤਤਲੇ ਵਾਲੀ ਦੇ ਕੋਲ ਪਿੰਡ ਦੀਨਪੁਰ ਗਾਦੀਆਂ ਤੇ ਇਹ ਗੁਰਦੁਆਰਾ ਬਣਾਇਆ ਗਿਆ ਸੀ 1939 ਵਿੱਚ ਪਾਕਿਸਤਾਨ ਤੇ ਹਿੰਦੁਸਤਾਨ ਜਦੋਂ ਬਣੇ ਨੇ ਉਸ ਤੋਂ ਥੋੜੇ ਸਾਲ ਹੀ ਪਹਿਲਾਂ ਇਹ ਬਣਾਇਆ ਗਿਆ ਤੇ ਇਹ ਬਿਲਕੁਲ ਪਿੰਡ ਦੇ ਸੈਂਟਰ ਦੇ ਜਵਾਕਿਆ ਇਹ ਸਾਰਾ ਪਿੰਡ ਸਿੱਖਾਂ ਦਾ ਹੁੰਦਾ ਸੀ ਇਸ ਗੁਰਦੁਆਰਾ ਦੇ ਵਿੱਚ ਅੱਜ ਕੀ ਹੋ ਰਿਹਾ ਹੈ ਤੁਹਾਨੂੰ ਮੈਂ ਦਿਖਾ ਲਣਾ ਲੇਕਿਨ ਸਾਹਮਣੇ ਇੱਕ ਬਜ਼ੁਰਗ ਨੇ ਆਪਣੇ ਦੋ ਤਰੀਆ ਪੋਤਰਿਆਂ ਨਾਲ ਖੇਡਣ ਦੇ ਨੇ ਤੁਸੀਂ ਹੈਰਾਨ ਰਹੋਗੇ ਕਿ ਇਸ ਗੁਰਦੁਆਰੇ ਦੇ ਅੰਦਰ ਅੱਜ ਕਿਹੋ ਜਿਹਾ ਮਾਹੌਲ ਹੈ ਠੀਕ ਹੈ ਜਨਾਬ ਇਹ ਜਨਾਬ ਤੁਹਾਨੂੰ ਬਾਹਰੋਂ ਮੈਂ ਥੋੜਾ ਵਖਾਲਣਾ ਪਹਿਲਾਂ ਫਿਰ ਤੁਹਾਨੂੰ ਮੈਂ ਇਹਦੀ ਫਰਸਟ ਫਲੋਰ ਤੇ ਵੀ ਲੈ ਕੇ ਜਾਵਾਂਗਾ ਔਰ ਜਿੱਥੇ ਸੰਗਤ ਹੁੰਦੀ ਸੀ ਉੱਥੇ ਵੀ ਤੁਹਾਨੂੰ ਵਖਾਲਣਾ ਤੇ ਇਹਦੇ ਅੰਦਰ ਅੱਜ ਕੀ ਮਾਹੌਲ ਹੈ ਉਹ ਤੁਸੀਂ ਜ਼ਰੂਰ ਦੇਖਣਾ ਕਿਉਂਕਿ ਮੈਨੂੰ ਪਤਾ ਨਾ ਅੰਦਰ ਕੀ ਹੈਗਾ ਤੇ ਇਹ ਜਨਾਬ ਇਹਦਾ ਇੱਕ ਦਰਵਾਜ਼ਾ ਬੰਦ ਹੈ ਤੇ ਇਸ ਸਾਈਡ ਦੇ ਉੱਤੇ ਛੋਟਾ ਜਿਹਾ ਦਰਵਾਜ਼ਾ ਹੈ ਤੇ ਇਹ ਪਿੰਡ ਦੀਨਪੁਰ ਗਾਧੀਆਂ ਤਤਲਿਆੜੀ ਦੇ ਕੋਲ ਹੈ ਤੇ ਅੰਦਰ ਜਾਣਿਆ ਜਨਾਬ ਇਹ ਇਹ ਆ ਗਿਆ ਇਹਦਾ ਗਰਾਉਂਡ ਫਲੋਰ ਤੇ ਖੱਬੇ ਪਾਸੇ ਨੇ ਇਹਦੀਆਂ ਸੀੜੀਆਂ ਉੱਤੇ ਜਾਣ ਵਾਸਤੇ ਤੇ ਇਹ ਸੱਜੇ ਪਾਸੇ ਜਨਾਬ ਜਿਹੜਾ ਇਹਦਾ ਮੇਨ ਹਾਲ ਹੈ ਜਿੱਥੇ ਇਹਦੀ ਮਸਬੀ ਰਸੂਮਾ ਜਿਹੜੇ ਸੇ ਸਾਡੇ ਸਿੱਖ ਭਰਾ ਨੇ ਅਦਾ ਕਰਦੇ ਹੁੰਦੇ ਸਨ ਆ ਦੇਖਣਾ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਤੁਹਾਨੂੰ ਕਿਹਾ ਹੈ ਕਿ ਖੱਬੇ ਪਾਸੇ ਸੀੜੀਆਂ ਨੇ ਆ ਠੀਕ ਹੈ ਤਿੰਨ ਮੰਜ਼ਿਲਾ ਗੁਰਦੁਆਰਾ ਸਾਹਿਬ ਤੇ ਇਹਨੂੰ ਇਹ ਸੜਿਆ ਹੋਇਆ ਗੁਰਦੁਆਰਾ ਹੈ ਆ ਦੇਖੋ ਨਾ ਅੰਦਰ ਪਤਾ ਨਹੀਂ ਕਿਦੋਂ ਦਾ ਇਹ ਸੜਿਆ ਆ ਅੱਗ ਲੱਗੀ ਏ ਔਰ ਕਾਲਾ ਸਿਆਹ ਇਹਦਾ ਮਾਹੌਲ ਹੈ ਗਿਆ ਇਹ ਲੱਗਦਾ ਹੈ ਕਿ 47ਵੇਂ ਲਈ ਜਦੋਂ ਹੰਗਾਮੇ ਹੋਏ ਨੇ ਉਦੋਂ ਦਾ ਹੀ ਸੜਿਆ ਹੈ ਅੱਛਾ ਇਹ ਗੁਰਦੁਆਰਾ ਸਾਹਿਬ ਜਿਹੜਾ ਨਾ ਇੱਥੇ ਕੋਈ ਪੱਥਰ ਦਾ ਕੰਮ ਨਹੀਂ ਹੋਇਆ ਪਲੱਸਟਰ ਵਗੈਰਾ ਵੀ ਨਹੀਂ ਹੋਇਆ ਸਿਰਫ ਇੱਟਾਂ ਦਾ ਕੰਮ ਹੈ ਲੇਕਿਨ ਸਾਦਾ ਔਰ ਖੂਬਸੂਰਤ ਆ ਦੇਖੋ ਤੁਸੀਂ ਇਹ ਤਾਂ ਜਨਾਬ ਉਤਲੀ ਮੰਜ਼ਲ ਤੱਕ ਤੁਹਾਨੂੰ ਇਹਦੇ ਜਿਹੜੇ ਚਾਰੋਂ ਤਰਫ ਜਿਰੋਕੇ ਨੇ ਉਹ ਨਜ਼ਰ ਆ ਰਹੇ ਨੇ ਗੁਰਦੁਆਰਾ ਸਾਹਿਬ ਭਾਈ ਲਾਲੂ ਪਿੰਡ ਦੀਨਪੁਰ ਗਾਧੀਆਂ ਇਹ ਤਤਲੇਆਲੀ ਤੋਂ तकरीबन 2-4 ਕਿਲੋਮੀਟਰ ਦੂਰ ਕਾਮੋ ਕੀ ਰੋਡ ਦੇ ਉੱਤੇ ਹੁੰਦਾ ਤਤਲੇਆਲੀ ਤੋਂ ਕਾਮੋ ਕੀ ਜਿਹੜੀ ਸੜਕ ਜਾਂਦੀ ਉੱਥੇ ਆਉਂਦਾ ਤੇ ਇਹ ਨਸ਼ਹਿਰਾ ਵਿਰਕਾਂ ਦੀ ਤਹਿਸੀਲ ਹੈਗੀ ਹੈ ਅੱਛਾ ਦੋਸਤੋ ਮੈਂ ਗੁਰਦੁਆਰਾ ਸਾਹਿਬ ਵੀ ਅਸਲ ਅੰਦਰ ਆ ਚੁੱਕਿਆ ਹਾਂ ਔਰ ਇਹਦੀ ਹਾਲਤ ਬਹੁਤ ਹੀ ਖਰਾਬ ਹੈ ਕਿਉਂਕਿ ਜਗਾ ਜਗਾ ਗੰਦਗੀ ਦੇ ਢੇਰ ਲੱਗੇ ਨੇ ਔਰ ਮੇਰੇ ਪਿੱਛੇ ਇੱਕ ਖੋਤੀ ਵੀ ਇੱਥੇ ਖਲੋਤੀ ਹੈ ਹੁਣ ਪਤਾ ਨਹੀਂ ਖੋਤੀ ਕਿੱਥੋਂ ਦੀ ਆਈ ਹੈ ਕੋਈ ਸਮਝ ਨਹੀਂ ਆ ਰਹੀ ਲੇਕਿਨ ਚਲੋ ਤੁਹਾਨੂੰ ਇਹ ਗੁਰਦਵਾਰਾ ਸਾਹਿਬ ਵੀ ਦਿਖਾ ਲੈਂਦੇ ਛੱਤ ਵੀ ਜਾ ਕੇ ਤੁਹਾਨੂੰ ਉੱਤੋਂ ਦਰਸ਼ਨ ਕਰਾਉਂਦੇ ਆ ਅੱਛਾ ਐਸਪੀਂਤ ਦੀਨਪੁਰ ਗਾਦੀਆ ਦੇ ਜੈਸਲੇ ਜਿਹੜੀ ਜ਼ਿਆਦਾ ਆਬਾਦੀ ਹੈ ਉਹ ਮਾਈਗ੍ਰੇਸ਼ਨ ਵਾਲੇ ਲੋਕ ਨੇ ਜਿਹੜੇ 1947 ਦੀ ਵੰਡ ਹੋਈ ਤੇ ਇੰਡੀਆ ਤੋਂ ਮੁਸਲਮਾਨ ਹਿਜਰਤ ਕਰਕੇ ਇੱਥੇ ਆਏ ਤੇ ਇਹ ਜਨਾਬ ਗੁਰਦੁਆਰਾ ਦੇ ਹਾਲਤ ਤੁਸੀਂ ਦੇਖੋ ਕਿ ਇੱਥੇ ਖੋਤੀਆਂ ਫੇਰਦੀਆਂ ਰਵੀਆਂ ਤੇ ਰੂੜੀ ਦੇ ਢੇਰ ਲੱਗੇ ਨੇ ਮੈਂ ਬਿਲਕੁਲ ਸ਼ਰਮ ਦਲਾਨਾ ਚਾਹਨਾ ਉਸ ਇੰਤਜ਼ਾਮੀਆਂ ਨੂੰ ਕਿ ਜਿਨ੍ਹਾਂ ਨੇ ਇਹ ਗੁਰਦੁਆਰੇ ਦੀ ਕੋਈ ਹਿਫਾਜ਼ਤ ਨਹੀਂ ਕੀਤੀ ਮੈਂ ਚਾਹਨਾ ਵਾਂ ਕਿ ਜਿਹੜੇ ਮਤਲਕਾ ਅਫਸਰਾਨ ਨੇ ਸਾਡੇ ਪਾਕਿਸਤਾਨ ਦੇ ਹਕੂਮਤੀ ਅਫਸਰਾਨ ਨੇ ਏਸੀ ਡੀਸੀ ਜਾਂ ਕਮਿਸ਼ਨਰ ਗੁਜਰਾਵਾਲਾ ਉਹ ਇਸ ਗੁਰਦੁਆਰੇ ਦੀ ਜ਼ਰੂਰ ਲੁੱਕ ਆਫਟਰ ਕਰਨ ਦੇਖਭਾਲ ਕਰਨ ਇਹਦੇ ਨਾਲ ਬਹੁਤ ਪਿਹੜਾ ਹੀ ਮੈਂ ਜਿਹੜਾ ਨਾ ਉਹ ਜਾਣਦਾ ਏ ਇਹ ਦੇਖੋ ਤੁਸੀਂ ਇਹ ਸੀੜੀਆਂ ਦੋਨੋਂ ਸਾਈਡ ਤੇ ਲੱਗੀਆਂ ਨੇ ਤਾਂ ਮੈਂ ਉੱਤੇ ਜਾ ਕੇ ਵੀ ਦਿਖਾ ਲਣਾ ਲੇਕਿਨ ਕਾਸ਼ ਕਿ ਇਹਨੂੰ ਜਿਹੜਾ ਨਾ ਉਹ ਇਹਦੀ ਗੁਰਦੁਆਰਾ ਨੂੰ ਅਸਲੀ ਹਾਲਤ ਚ ਬਹਾਲ ਕੀਤਾ ਜਾਏ ਇਹ ਦੇਖੋ ਇਹਦੀਆਂ ਸੀੜੀਆਂ ਤੇ ਇਹ ਜਨਾਬ ਆ ਗਿਆ ਮੈਂ ਉੱਤੇ ਤੇ ਤੁਸੀਂ ਹੁਣ ਦੇਖਿਓ ਇਹਦਾ ਉੱਤੋਂ ਖੂਬਸੂਰਤ ਮੰਜ਼ਰ ਵਾਹ ਜੀ ਵਾਹ ਕੀ ਬਾਤ ਹੈ ਇਹ ਜਿਹੇ ਬਰਾਮਦੇ ਬਨੇ ਨੇ ਕਿਆ ਜਾਂਦਾ ਕਿ ਇੱਥੇ ਕਮਰੇ ਸਨ ਲੰਗਰ ਹਾਲ ਸੀ ਔਰ ਸੰਗਤ ਵਾਸਤੇ ਜਗ੍ਹਾ ਖੂਬਸੂਰਤ ਬਣਾਈ ਗਈ ਸੀ ਉੱਤੇ ਡੂਮ ਹੈਗਾ ਤੇ ਲੇਕਿਨ ਅੰਦਰ ਜਿੱਦ ਮੈਂ ਵੇਖਿਆ ਖੋਤੀ ਨੂੰ ਤੇ ਬੜਾ ਦਿਲ ਅਫਸੁਰਦਾ ਆਇਆ ਕਿ ਕੰਮਜ਼ ਕਮ ਇਹ ਮਸਬੀ ਇਬਾਦਤਗਾਹ ਜਿਹੜੀ ਹੈਗੀ ਇਹ ਸਿੱਖ ਭਰਾਵਾਂ ਦੀ 노 ਡਾਊਟ ਕਿ ਇੱਥੇ ਉਹਨਾਂ ਕੋਈ ਸਿੱਖ ਨਹੀਂ ਹੈਗਾ ਲੇਕਿਨ ਉਸ ਦੇ ਬਾਵਜੂਦ ਇਹਨੂੰ ਇੱਕ ਸਖਾਫ ਤੇ ਵਿਰਸੇ ਦੇ ਤੌਰ ਤੇ ਜਿਹਨਾਂ ਨੇ ਉਹ ਬਹਾਲ ਕਰਕੇ ਰੱਖਿਆ ਜਾਣਾ ਚਾਹੀਦਾ ਹੈ ਜਿਹੜਾ ਕਿ ਨਹੀਂ ਹੋਇਆ ਮੈਨੂੰ ਬਹੁਤ ਅਫਸੋਸ ਹੈ ਔਰ ਬਾਇਸੇ ਸ਼ਰਮ ਦਾ ਮਕਾਮ ਹੈ ਉਸ ਇੰਤਜ਼ਾਮੀਆਂ ਵਾਸਤੇ ਜਿਨ੍ਹਾਂ ਦਾ ਇਹ ਜ਼ਰੂਰ ਜਿਨ੍ਹਾਂ ਦੀ ਡਿਊਟੀ ਸੀ ਲੇਕਿਨ ਉਹਨਾਂ ਨੇ ਇਸ ਡਿਊਟੀ ਨੂੰ ਸਾਰੰਝਾਮ ਨਹੀਂ ਦਿੱਤਾ ਆ ਜਨਾ ਪਤਾ ਨਹੀਂ ਇੱਥੇ ਪਰਦੇ ਦੇ ਪਿੱਛੇ ਕੀ ਹੋ ਰਿਹਾ ਇਹ ਵੀ ਫਰਸਟ ਫਲੋਰ ਤੇ ਮੁਨਾਜ਼ਰ ਤਾਂ ਦਿਖਾਏ ਜਾ ਰਹੇ ਨੇ ਆ ਦੇਖੋ ਨਾ ਬਰਾਮ ਦੇ ਬਨੇ ਦੇ ਇਤਾਂ ਨਾ ਮੋਟੀ ਜਰੀ ਬ੍ਰਿਟਿਸ਼ ਰਾਜ ਦੀ ਇੱਟੇ ਉਹਦੇ ਨਾਲ ਇਹ ਗੁਰਦੁਆਰਾ ਸਾਹਿਬ ਜਿਹੜਾ ਨੇ ਦੀ ਤਮੀਰ ਕੀਤੀ ਗਈ ਸੀ ਔਰ ਇਹ ਵੀ ਦੱਸਿਆ ਗਿਆ ਹੈ ਕਿ ਇੱਥੇ ਹਰੇ ਬਕਾਇਦਾ ਵਰਸ਼ਿਪ ਸ਼ੁਰੂ ਨਹੀਂ ਸੀ ਹੋਈ ਕਿ 1947 ਦੀ ਪਾਰਟੀਸ਼ਨ ਹੋ ਗਈ ਕਿਉਂਕਿ 1939 ਜੇ ਬੰਨਾ ਸ਼ੁਰੂ ਹੋਇਆ ਸੀ ਗੁਰਦੁਆਰਾ ਸਾਹਿਬ ਠੀਕ ਹੈ ਨਾ ਇਹ ਉਹ ਇਹਦਾ ਜਿਹੜਾ ਇਨਫਰਾਸਟ੍ਰਕਚਰ ਹੈ ਬ੍ਰਿਟਿਸ਼ ਰਾਜ ਵਾਲਾ ਉਹ ਤੁਸੀਂ ਦੇਖ ਰਹੇ ਹੋ ਦੋਸਤੋ ਇਹ ਗੁਰਦੁਆਰਾ ਸਾਹਿਬ ਜਿਹੜਾ ਨਾ ਇਹ ਹੈਗਾ ਇਹ ਬਿਲਕੁਲ ਸੜਕ ਦੇ ਉੱਤੇ ਪਿੰਡ ਤੇ ਚਾਰ ਮੰਜ਼ਲਾ ਗੁਰਦੁਆਰਾ ਤਿੰਨ ਮੰਜ਼ਲਾ ਚੌਥਾ ਡੂਮ ਉੱਤੇ ਬਣਿਆ ਹੈ ਔਰ ਇਹਦੇ ਤੇ ਸਾਦਾ ਜਿਹਾ ਖੂਬਸੂਰਤ ਜਿਹਾ ਕੰਮ ਵੀ ਨਜ਼ਰ ਆ ਰਿਹਾ ਤੁਹਾਨੂੰ ਜਿਹੜਾ ਹੋਇਆ ਹੈ ਲੇਕਿਨ ਇਹ ਹੁਣ ਗੁਰਦੁਆਰਾ ਕੀ ਕਹਿੰਦੇ ਨੇ ਕਿ ਬਿਲਕੁਲ ਖਤਮ ਹੋ ਰਿਹਾ ਹੈ ਜਦੋਂ 1947 ਦੀ ਪਾਰਟੀਸ਼ਨ ਹੋਈ ਉਸ ਤੋਂ ਬਾਅਦ ਇੱਥੇ ਸਕੂਲ ਬਣ ਗਿਆ ਸੀ ਇਸ ਗੁਰਦੁਆਰੇ ਦੇ ਵਿੱਚ ਬੱਚਿਆਂ ਦਾ ਛੋਟੇ ਬੱਚਿਆਂ ਦਾ ਪ੍ਰਾਇਮਰੀ ਸਕੂਲ ਸੀ ਔਰ ਇੱਕ ਅੱਸਾ ਤੱਕ ਇੱਥੇ ਸਕੂਲ ਬਣਿਆ ਰਿਹਾ ਏ ਲੇਕਿਨ ਜੂ ਹੀ ਸਕੂਲ ਖਤਮ ਹੋਇਆ ਏ ਕਿਉਂਕਿ ਬਿਲਡਿੰਗ ਬੜੀ ਬੁਸੀਦਾ ਹੋ ਗਈ ਸੀ ਤੇ ਜੂ ਹੀ ਸਕੂਲ ਖਤਮ ਹੋਇਆ ਤੇ ਐ ਪਿੰਡ ਦੇ ਲੋਕ ਜਿਹੜੇ ਉਹਨਾਂ ਦਾ ਸਕੂਲ ਜਿਹੜਾ ਨਾ ਉਹ ਦੂਸਰੀ ਜਗ੍ਹਾ ਤੇ ਬਣਵਾ ਲਿਆ ਤੇ ਜਿਹੜਾ ਇੱਥੋਂ ਦੇ ਬੱਚੇ ਸਨ ਇਸ ਪਿੰਡ ਦੇ ਉਹ ਨਵੇਂ ਜਗ੍ਹਾ ਤੇ ਸਕੂਲ ਦੀ ਬਾਰ ਚ ਪੜਨਾ ਸ਼ੁਰੂ ਕਰ ਦਿੱਤਾ ਤੇ ਜਿਹੜਾ ਇਹ ਅਮਾਰਤ ਸੀ ਗੁਰਦੁਆਰਾ ਦੀ ਇਹ ਜਨਾਬ ਉਸੇ ਤਰ੍ਹਾਂ ਇੱਕ ਭੂਤ ਬੰਗਲੇ ਦਾ ਮੰਜ਼ਰ ਪੇਸ਼ ਕਰ ਰਹੀ ਏ ਜਿਹੜਾ ਕਿ ਬੋਤੀ ਆਫ ਸੂਸਨ ਆਗ ਮਨਾਜ਼ਰ ਇਥੇ ਤੁਹਾਨੂੰ ਮੈਂ ਦਿਖਾ ਰਿਹਾ ਮੈਂ ਇਹ ਦੇਖੋ ਤੁਸੀਂ ਇਹ ਬਿਲਕੁਲ ਪਿੰਡ ਦੇ ਦਰਮਿਆਨ ਤੰਗ ਗਲੀਆਂ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਵਾਕਿਆ ਹੈ ਜਿਹਦੇ ਉੱਤੇ ਕੁਝ ਜ਼ਿਆਦਾ ਨਕਸ਼ਨਕਾਰ ਤੇ ਨਜ਼ਰ ਨਹੀਂ ਆਏ ਲੇਕਿਨ ਸਾਦਾ ਜਿਹਾ ਇੱਟਾਂ ਦਾ ਕੰਮ ਜ਼ਰੂਰ ਨਜ਼ਰ ਆਇਆ ਇੱਟਾਂ ਲਗੀਆਂ ਨੇ ਔਰ ਉੱਤੇ ਵਾਈਟ ਕਲਰ ਦਾ ਡੂਮ ਜਿਹੜਾ ਕਿ ਵਾਈਟ ਕਲਰ ਵੀ ਹੁਣ ਥੋੜਾ ਧੁੰਦਲਾ ਪੈ ਗਿਆ ਗੰਦਾ ਹੋ ਗਿਆ ਆ ਦੇਖੋ ਨਾ ਇਹਦੇ ਜਿਹੜੇ ਬਰਾਮਦੇ ਬਣੇ ਨੇ ਉੱਥੇ ਬਹੁਤ ਜ਼ਿਆਦਾ ਗੰਦਗੀ ਹੈ ਮੈਂ ਹਮੇਸ਼ਾ ਜੁੱਤੀ ਉਤਾਰ ਕੇ ਉਹ ਜਿਹੜੀ ਜਗ੍ਹਾ ਤੇ ਜਾਂਦਾ ਲੇਕਿਨ ਇੱਥੇ ਇੰਨੀ ਗੰਦਗੀ ਸੀ ਇੰਨੇ ਸ਼ੀਸ਼ੇ ਟੁੱਟੇ ਹੋਏ ਸਨ ਇੰਨੇ ਕੰਡੇ ਸਨ ਕਿ ਮੈਂ ਜੁੱਤੀ ਨਹੀਂ ਉਤਾਰੀ ਔਰ ਫਿਰ ਮੈਂ ਮਜਬੂਰਨ ਜੁੱਤੀ ਸਵੇਦੀ ਗੁਰਦੁਆਰਾ ਸਾਹਿਬ ਦੇ ਚ ਘੁੰਮ ਰਿਹਾ ਵਾ ਇਹਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਹੈ ਲਿਹਾਜ਼ਾ ਮੈਂ ਦਰਖਾਸਤ ਕਰਨਾ ਵਾ ਮਤਲਕਾ ਹੁਕਾਮ ਅਗੇ ਜਿਹੜੇ ਕਿ ਮਤਰੂਕਾ ਵਕਫ ਇਮਲਾਕ ਬੋਰਡ ਓਕਾਫ ਵਾਲੇ ਨੇ ਜ਼ਿਲੀ ਇੰਤਜ਼ਾਮੀਆਂ ਹੈ ਤਹਿਸੀਲ ਇੰਤਜ਼ਾਮੀਆਂ ਹੈ ਕਿ ਕਾਈਂਡਲੀ ਇਸ ਗੁਰਦੁਆਰਾ ਸਾਹਿਬ ਦੀ ਬਹਾਲੀ ਕੀਤੀ ਜਾਏ ਇਹਨੂੰ ਇਹਦੇ ਅਸਲ ਹੁਸਨ 'ਚ ਬਹਾਲ ਕਰਕੇ ਤੇ ਜਿਹੜੇ ਸਿੱਖ ਕਮਿਊਨਿਟੀ ਦੇ ਲੋਕ ਨੇ ਪੂਰੀ ਦੁਨੀਆ 'ਚ ਉਹਨਾਂ ਨੂੰ ਇਹ ਪੈਗਾਮ ਦਿੱਤਾ ਜਾਏ ਕਿ ਅਸੀਂ ਤੁਹਾਡੀ ਜਿਹੜੀਆਂ ਬੇਸ਼ੱਕ ਬੰਦ ਅਬਾਦਤਗਾਹਾਂ ਨੇ ਉਹਨਾਂ ਦੀ ਵੀ ਹਿਫਾਜ਼ਤ ਕਰ ਰਹੇ ਆ ਬਹੁਤ ਸਾਰੇ ਗੁਰਦੁਆਰਿਆਂ ਅਜਿਹੇ ਨੇ ਜਿਹੜੇ ਕਿ ਬਹਾਲ ਕੀਤੇ ਗਏ ਨੇ ਬਹੁਤ ਸਾਰੇ ਟੈਂਪਲਸ ਐਸੇ ਨੇ ਜਿਨ੍ਹਾਂ ਨੂੰ ਬਹਾਲ ਕੀਤਾ ਗਿਆ ਲੇਕਿਨ ਇਹ ਗੁਰਦੁਆਰਾ ਸਾਹਿਬ ਵੀ ਬਹਾਲ ਕੀਤਾ ਜਾਣਾ ਚਾਹੀਦਾ ਤਾਂ ਕਿ ਇੱਕ ਅੱਛਾ ਪੈਗਾਮ ਜਾਏ ਠੀਕ ਹੈ ਨਾ ਜੀ ਤੇ ਇਹ ਜਨਾਬ ਪਿੰਡ ਦੀਆਂ ਗਲੀਆਂ ਦੀਨਪੁਰ ਗਾਧੀਆਂ ਇਹ ਤਤਲਿਆੜੀ ਦੇ ਕੋਲ ਪਿੰਡ ਹੈਗਾ